ਸੁਨੀਲ ਜਾਖੜ ਦੇ ਆਪਣੇ ਪਿੰਡ ਉੱਥੇ ਪਿੰਡ ਦੀ ਸੰਗਤਾਂ ਨੂੰ ਮਿਲਣ ਵਾਸਤੇ ਆਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਸੰਬੋਧਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪਿੰਡ ਪੰਜਕੋਸੀ ਦਾ ਏ। ਦਰਅਸਲ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਬਿਆਨ ਦਿੱਤਾ ਸੀ ਕਿ ਹੁਣ ਪੰਜਾਬ ਦੇ ਲੋਕ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਜਿਸ ਤੋਂ ਬਾਅਦ ਅਕਾਲੀ ਦਲ ਨੇ ਇਸ ਚੁਣੌਤੀ ਨੂੰ ਕਬੂਲਦਿਆਂ ਅਬੋਹਰ ਦੇ ਵਿੱਚ 9 ਸਤੰਬਰ ਨੂੰ ਪੋਲ ਖੋਲ ਰੈਲੀ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਇਸੇ ਅਧੀਨ ਸੁਖਬੀਰ ਸਿੰਘ ਬਾਦਲ ਸੁਨੀਲ ਜਾਖੜ ਦੇ ਪਿੰਡ ਪੰਜਕੋਸੀ ਪਹੁੰਚੇ, ਜਿੱਥੇ ਉਹਨਾਂ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਅਬੋਹਰ ਹਲਕੇ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ 'ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ, ਉਸ ਦਾ ਹਿਸਾਬ ਸੱਤਾ ਵਿੱਚ ਆਉਣ ਤੋਂ ਬਾਅਦ ਲਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵਾਰ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਖਾਰਜ ਕੀਤਾ। ਉਹਨਾਂ ਨੇ ਕਿਹਾ ਕਿ ਇਹ ਰਿਪੋਰਟ ਕਾਂਗਰਸ ਦੀ ਸਾਜਿਸ਼ ਦੇ ਤਹਿਤ ਹੀ ਤਿਆਰ ਕੀਤੀ ਗਈ ਹੈ। ਜਾਖੜ ਨੇ ਖਾਸ ਕਰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਿਪੋਰਟ ਆਉਣ ਦੇ ਬਾਅਦ ਕਿਸੇ ਪਿੰਡ 'ਚ ਵੰਡ ਨਹੀਂ ਦਿੱਤਾ ਜਾਊਗਾ। ਮੈਂ ਸੁਨੀਲ ਜਾਖੜ ਨੂੰ ਕਹਿਣਾ ਦੱਸਣਾ ਚਾਹੁੰਦਾ ਹੈ, ਅੱਜ ਮੈਂ ਉਹਨੇ ਉਹਦੇ ਹਲਕੇ ਹੋਰ 'ਚ ਹੈ, ਉਹਦੇ ਹੀ ਪਿੰਡ ਪੰਜਕੋਸੀ 'ਚ ਹੈ, ਉਸੇ ਪਿੰਡ ਦੇ ਸਰਪੰਚ ਦੇ ਘਰ ਹੈ, ਜਾਖੜ ਦੇ ਪਿੰਡ ਦੇ। ਉਹਨੇ ਅੱਜ ਮੈਂ ਪਿੰਡ 'ਚ ਆਇਆ, ਤੁਸੀਂ ਦੇਖੋ ਕਿੱਡਾ ਵੱਡਾ ਸਵਾਗਤ। ਮੈਂ ਸੁਨੀਲ ਜਾਖੜ ਨੂੰ ਦੱਸਣਾ ਚਾਹੁੰਦਾ, ਜਿਹੜੀਆਂ ਤੇਰੀਆਂ ਕਰਤੂਤਾਂ, ਜਿਵੇਂ ਤੂੰ ਝੂਠੇ ਕੇਸ, ਜਿਵੇਂ ਤੂੰ ਲੋਕਾਂ ਨੂੰ ਤੰਗ ਕੀਤਾ, ਲੋਕ ਇੱਥੋਂ ਇੰਨੇ ਦੁਖੀ ਹੈ ਅਤੇ ਮੈਂ ਕਹਿ ਦਿੰਦਾ, ਮੈਂ ਚੈਲੰਜ ਕਰਦਾ, ਜੇ ਹਿੰਮਤ ਹੈ ਤਾਂ ਫਿਰੋਜ਼ਪੁਰ ਪਾਰਲੀਮੈਂਟ ਇੱਥੇ ਆ ਕੇ ਲੜੇ। ਗੁਰਦਾਸਪੁਰ ਕਿਉਂ ਭੱਜ ਕੇ ਗਿਆ? ਕਿਉਂਕਿ ਉਹਨੂੰ ਪਤਾ ਇੱਥੇ ਜ਼ਮਾਨਤ ਜ਼ਬਤ ਹੋਊਗੀ। ਸੁਨੀਲ ਜਾਖੜ ਕਹਿੰਦਾ ਹੈ ਕਿ ਅਕਾਲੀ ਵੜ ਨਹੀਂ ਸਕਦੇ। ਸੁਨੀਲ ਜਾਖੜ ਦੇ ਆਪ ਤੁਸੀਂ ਦੇਖੋਗੇ 9 ਤਰੀਕ ਅਬੋਹਰ ਨੂੰ 1 ਲੱਖ ਬੰਦਾ ਇਕੱਠਾ ਹੋਣਾ ਇਕੱਲੇ ਫਾਜ਼ਿਲਕਾ ਜ਼ਿਲ੍ਹੇ ਤੋਂ। ਤੁਸੀਂ ਆਪ ਦੇਖੋਗੇ ਰਿਸਪੋਂਸ ਅੱਜ ਦੇਖ ਲਿਆ। ਅੱਜ ਸੁਨੀਲ ਜਾਖੜ ਦੇ ਆਪਣੇ ਪਿੰਡ 'ਚ ਸਾਰਾ ਪਿੰਡ ਇਕੱਠਾ ਸੀ ਸਵਾਗਤ ਕਰਨ ਵਾਸਤੇ। ਹੁਣ ਤੁਸੀਂ ਆਪਣੇ ਪਿੰਡ 'ਚ ਜਾ ਕੇ ਆਪ ਜਾ ਕੇ ਇਕੱਠ ਕਰਕੇ ਦੇਖੇ, ਉਹਦੇ ਆਪਣੇ ਪਿੰਡ 'ਚ ਕੋਈ ਉਹਨੂੰ ਚਾਹੁੰਦਾ ਨਹੀਂ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਪੰਚਾਇਤੀ ਚੋਣਾਂ ਲਈ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਚੋਣਾਂ 'ਚ ਅਕਾਲੀ ਦਲ ਕਾਂਗਰਸ ਦਾ ਡਟ ਕੇ ਮੁਕਾਬਲਾ ਕਰੇਗਾ। ਅਸੀਂ ਡਟ ਕੇ ਲੜੇ, ਸਾਡੀ ਟੀਮ ਲੜ ਰਹੀ ਹੈ। ਹੁਣ ਇਹਨਾਂ ਦੀ ਕੋਸ਼ਿਸ਼ ਕਾਂਗਰਸ ਦੀ ਚੱਲ ਰਹੀ ਹੈ ਕਿਵੇਂ ਨਾ ਕਿਵੇਂ ਸਾਡੇ ਕਾਗਜ਼ ਰੱਦ ਕੀਤੇ ਜਾਏ। ਹੁਣ ਸਾਰੇ ਪੁਲਿਸ ਨੂੰ ਬੁਲਾਇਆ ਚੀਫ ਮਿਨਿਸਟਰ ਨੇ, ਸੁਨੀਲ ਜਾਖੜ ਨੇ, ਕਿ ਹੁਣ ਧੱਕਾ ਕਰੋ। ਉਹਨਾਂ ਨੂੰ ਪਤਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੈ ਅਤੇ ਹੁਣ ਸੋਚਦੇ ਕਿ ਧੱਕੇ ਨਾਲ ਜਿੰਨੇ ਮਰਜ਼ੀ ਧੱਕੇ ਕਰ ਲਓ। ਜਦੋਂ ਅਸਲੀ ਇਲੈਕਸ਼ਨ ਆਇਆ ਨਾ, ਜਦੋਂ ਪੰਜਾਬ ਪੁਲਿਸ ਦਾ ਕੋਈ ਹੱਥ ਨਹੀਂ ਹੁੰਦਾ, ਉਦੋਂ ਪਤਾ ਲੱਗੂ ਤੁਹਾਨੂੰ ਕੀ ਹੋਣਾ। ਹੁਣ ਦੇਖਣਾ ਹੋਵੇਗਾ ਕਿ 9 ਸਤੰਬਰ ਨੂੰ ਅਬੋਹਰ ਦੇ ਵਿੱਚ ਕੀਤੀ ਜਾਣ ਵਾਲੀ ਪੋਲ ਖੋਲ ਰੈਲੀ ਕਿੰਨੀ ਵੱਡੀ ਹੁੰਦੀ ਹੈ। ਅਬੋਹਰ ਤੋਂ ਕੈਮਰਾਮੈਨ ਵਿਜੇਪਾਲ ਦੇ ਨਾਲ ਰਜਿੰਦਰ ਸੋਨੀ ਦੀ ਰਿਪੋਰਟ।